ਕਰਮ ਸਿੰਘ ਜੀ ਕਰਮ ਸਿੰਘ ਜੀ ਕੀ ਹੋਇਆ ਮੌਕੇ ਤੇ ਕੀ ਤੁਸੀਂ ਦੇਖਿਆ ਜੀ ਮੌਕੇ ਤੇ ਅਸੀਂ ਮੌਕੇ ਨੇ ਵੈਸੇ ਹੁਣੇ ਆਏ ਆ ਕੀ ਪਤਾ ਲੱਗਾ ਕੀ ਆ ਐਕਸੀਡੈਂਟ ਦਾ ਮਗਰੋਂ ਹੀ ਆਈ ਆ ਗੱਡੀ ਖੰਭੇ 'ਚ ਵੱਜ ਕੇ ਅਤੇ ਫਿਰ ਇਹਨੂੰ ਇਹਦਾ ਇਹਨਾਂ ਦਾ ਫਿਲਟਰ ਨੇ ਵਿਗੜ ਗਿਆ ਗੱਡੀ ਉੱਧਰੋਂ ਆ ਰਹੀ ਹੈ ਪਰੇ ਇੰਡੀਆ ਇੰਡੀਆ ਗੇਟ ਦਾ ਟਾਰੀ ਵੱਲੋਂ ਕਿੰਨੇ ਜਾਣੇ ਵਿੱਚ ਬੈਠੇ ਕੋਈ ਜਾਲੀ ਮਾਲੀ ਨੁਕਸਾਨ ਦੱਸ ਦੇ ਇਕੱਲਾ ਹੀ ਮੁੰਡਾ ਜੀ ਇੱਕੋ ਹੀ ਕੀ ਨੁਕਸਾਨ ਹੋਇਆ ਜੀ ਜਾਨੀ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਕਿੰਨਾ ਕੁ ਟਾਈਮ ਹੋ ਗਿਆ ਅੱਧਾ ਅੱਧਾ ਘੰਟਾ ਦੱਸ ਦਿਓ ਤੂੰ ਪੁਲਿਸ ਆਉਣਾ ਜੀ ਮੌਕੇ 'ਤੇ ਪੁਲਿਸ ਆਉਣਾ ਜੀ ਆਈ ਹੋਣੇ ਵੀਰੇ ਨਾਮ ਕੀ ਪ੍ਰਤਾਪ ਕੀ ਹੋਇਆ ਐਕਸੀਡੈਂਟ ਦੱਸਦੇ ਪਿਓ ਉੱਥੋਂ ਗੱਡੀ ਵੱਜ ਕੇ ਅਤੇ ਐਂ ਚੜ੍ਹ ਕੇ ਆ ਗਈ ਐਂ ਸਿੱਧੀ ਆਉਣ ਲੱਗੀ ਅਤੇ ਜੇ ਇੱਥੇ ਨਾ ਵੱਜ ਕੇ ਡੱਕੀ ਜਾਂਦੀ ਤਾਂ ਘਰਾਂ ਜਾ ਵੜਨੀ ਸੀ ਇੱਧਰੋਂ ਟਾਰੀ ਵੱਲੋਂ 100 ਤੇ ਦੱਸਦੇ ਜੀ ਕਿੰਨੇ ਬੰਦੇ ਇਕੱਲਾ ਹੀ ਮੁੰਡਾ ਵਿੱਚ ਸੱਟਾਂ ਲੱਗੀਆਂ ਉੱਧਰੋਂ ਆਇਆ ਨੂੰ ਟਾਰੀ ਕਿਉਂ ਨਹੀਂ ਆ ਰਹੀ ਇਹ ਕਿਤੇ ਮੁੰਡਾ ਯੂਨੀਵਰਸਿਟੀ ਦਾ ਇਹ ਇੱਧਰ ਪਤਾ ਨਹੀਂ ਕਿੱਧਰ ਗਿਆ ਸੀ ਉੱਥੋਂ ਵਾਪਸ ਆਉਣ ਡਿਆ ਸੀ ਨੁਕਸਾਨ ਕਿੰਨਾ ਕੁ ਹੋਇਆ ਨੁਕਸਾਨ ਤਾਂ ਵੇਖ ਲਓ ਤੁਹਾਡੇ ਸਾਹਮਣੇ ਆ ਤਿੰਨ ਟਾਇਰ ਉਹਦੇ ਟੁੱਟ ਗਏ ਤਿੰਨੇ ਮਗਰਲਾ ਡੈਮੇਜ ਹੋ ਗਿਆ ਉਹ ਉੱਥੇ ਲੈ ਗਏ ਟਾਇਰ ਤੇ ਜੇ ਰੋਡ ਤੋਂ ਜਾਣ ਵਾਲੀ ਗੱਡੀ ਹਾਂ ਪਰਲੇ ਬੰਨਿਓ ਜਾਨੀ ਤਾਂ ਨਹੀਂ ਨਹੀਂ ਇਹ ਜੀ ਸਤਨਾਮ ਸਿੰਘ ਨਾਂ ਦਾ ਇੱਕ ਆਦਮੀ ਹੈ ਉੱਧਰੋਂ ਇੰਡੀਆ ਗੇਟ ਤੋਂ ਅੰਬਾਲਾ ਵਾਲੀ ਸਾਈਡ ਨੂੰ ਆ ਰਿਹਾ ਸੀ ਉਹ ਕਿਤੇ ਗੱਡੀ ਇਹਨਾਂ ਦੀ ਅੱਗੋਂ ਕੁੱਤਾ ਲੰਘਿਆ ਜਾਂ ਕੋਈ ਐਕਟਿਵਾ ਦੱਸਿਆ ਜੀ ਉਹਨਾਂ ਦੇ ਕਹਿਣ ਮੁਤਾਬਕ ਓਵਰ ਕੰਟਰੋਲ ਹੋ ਗਈ ਓਵਰ ਕੰਟਰੋਲ ਹੋ ਕੇ ਖੰਭੇ 'ਚ ਵੱਜ ਗਏ ਅਤੇ ਦੂਸਰੀ ਸਾਈਡ ਜੱਡ ਗਈ ਪਰ ਜਾਨੀ ਮਾਨੀ ਕੋਈ ਨੁਕਸਾਨ ਨਹੀਂ ਹੋਇਆ ਬਹੁਤ ਬਚਾਅ ਹੋ ਗਿਆ ਗੱਡੀ ਕਿਹੜੀ ਗੱਡੀ ਵਰਨਾ ਗੱਡੀ ਹੈ ਜੀ ਕੰਡੀਸ਼ਨ ਕਿਸ ਤਰ੍ਹਾਂ ਦੀ ਗੱਡੀ ਦੀ ਹੋਣੀ ਗੱਡੀ ਦੀ ਕੰਡੀਸ਼ਨ ਇਹ ਹੈ ਜੀ ਗੱਡੀ ਦੇ ਜਿਹੜੇ ਟਾਇਰ ਵੀ ਉਹ ਜਿਹੜੇ ਆ ਗੱਡੀ ਨਾਲੋਂ ਲੱਥ ਗਏ ਚਾਰੇ ਟਾਇਰ ਲੱਥ ਗਏ ਗੱਡੀ ਬਹੁਤ ਜ਼ਿਆਦਾ ਤੇਜ਼ ਹੋ ਗਈ ਕੰਟਰੋਲ ਤੋਂ ਬਾਹਰ ਹੋ ਗਈ ਇਹ ਹੋਲੀ ਸਿਟੀ ਦਾ ਰਹਿਣ ਵਾਲਾ ਜੀ ਨਹੀਂ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਪਰ ਗੱਡੀ ਜਿਹੜੀ ਆ ਜ਼ਿਆਦਾ ਡੈਮੇਜ ਹੋ ਗਈ ਮਤਲਬ ਗੱਡੀ ਜਿਹੜੀ ਆ ਬ੍ਰੇਕ ਲਾਉਂਦੀ ਵੀ ਇਹ ਹੋ ਸਕਦਾ ਇਹਨਾਂ ਕੋਈ ਰੇਸ ਦੱਬੀ ਗਈ ਜਾਂ ਕੀ ਹੋਇਆ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਅਸੀਂ ਇਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਲੋਕਾਂ ਨੂੰ ਸਾਰਿਆਂ ਨੂੰ ਵੀ ਇਹ ਹਾਈਵੇ 'ਤੇ ਇੱਕ ਘੱਟ ਗਲਿਆਈ ਆ ਇੱਥੋਂ ਜਿੱਥੇ ਐਕਸੀਡੈਂਟ ਹੋਇਆ ਇੱਥੋਂ ਹੌਲੀ ਆਉਣਾ ਚਾਹੀਦਾ ਆਪਣੀ ਜਿਹੜੀ ਆ ਸਪੀਡ ਵੀ ਮੈਂ ਹਾਈਵੇ ਵਾਲਿਆਂ ਨੂੰ ਵੀ ਇੰਸਟ੍ਰਕਸ਼ਨ ਦਿੰਦਾ ਵੀ ਇੱਥੇ ਸਪੀਡ ਲਿਮਿਟ ਲਿਖਣੀ ਚਾਹੀਦੀ ਆ 50-60 ਦੀ ਸਪੀਡ ਤੋਂ ਜਿਹੜਾ ਉੱਤੇ ਗੱਡੀ ਚਲਾਉਂਦਾ ਉਹਦਾ ਵੀ ਚਲਾਨ ਹੋਣਾ ਚਾਹੀਦਾ ਮੈਂ ਸਾਰਿਆਂ ਨੂੰ ਲੋਕਾਂ ਨੂੰ ਅਪੀਲ ਵੀ ਕਰਨਾ ਸ਼ਹਿਰ ਅੰਮ੍ਰਿਤਸਰ ਵਾਸੀਆਂ ਨੂੰ ਵੀ 50-60 ਦੀ ਸਪੀਡ ਤੋਂ ਉੱਤੇ ਇਹ ਮੋੜ 'ਤੇ ਰੋਡ 'ਤੇ ਗੱਡੀ ਨਾ ਚਲਾਓ ਅਤੇ ਆਪਣੀ ਜਾਨ ਮਾਲੀ ਦਾ ਰਾਖੀ ਰੱਖੋ ਬਿਲਕੁਲ ਜੀ ਜੇ ਉੱਧਰ ਸਾਹਮਣੇ ਕੋਈ ਗੱਡੀ ਆਉਂਦੀ ਹੁੰਦੀ ਤੇ ਇਹ ਗੱਡੀ ਦਾ ਤੇ ਜਾਂ ਅਗਲੇ ਦਾ ਵੀ ਨੁਕਸਾਨ ਕਰ ਦੇਣਾ ਸੀ ਆਪਣਾ ਤੇ ਚਲੋ ਇਹਨਾਂ ਦਾ ਹੋ ਹੀ ਗਿਆ ਸੀ ਹਾਂ ਠੀਕ ਹੈ ਬਿਲਕੁਲ ਸੱਟ ਕੋਈ ਨਹੀਂ ਗੱਡੀ ਬਿਲਾ ਇਹ ਦੱਸਿਆ ਨਹੀਂ ਇਹਨਾਂ ਸਟੱਡੀ ਕਰਦਾ ਕਿੱਥੇ ਪਰ ਹਾਲਾਤ ਠੀਕ ਹੈ ਜੀ ਪਰਿਵਾਰਾਂ ਨੂੰ ਪਤਾ ਲੱਗ ਗਿਆ ਹਾਂ ਪਰਿਵਾਰ ਉਹਦਾ ਆ ਗਿਆ ਸੀ ਉਹਨੂੰ ਨਾਲ ਲੈ ਗਏ ਅਤੇ ਮਾੜਾ ਮੋਟਾ ਕੋਈ ਹੋਊਗੀ ਤੇ ਮਤਲਬ ਪੱਟੀ ਕਰਾ ਲਈ ਉਹਨਾਂ ਨੇ ਠੀਕ ਹੈ ਬਿਲਕੁਲ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਕਰਮ ਸਿੰਘ ਜੀ ਕਰਮ ਸਿੰਘ ਜੀ ਕੀ ਹੋਇਆ ਮੌਕੇ 'ਤੇ ਕੀ ਤੁਸੀਂ ਦੇਖਿਆ ਜੀ ਮੌਕੇ 'ਤੇ ਅਸੀਂ ਮੌਕੇ ਨੇ ਵੈਸੇ ਹੁਣੇ ਆਏ ਹਾਂ ਕੀ ਪਤਾ ਲੱਗਾ ਕੀ ਆ ਕੱਲ੍ਹ ਐਕਸੀਡੈਂਟ ਦੱਸਿਆ ਕੁਛ ਐਕਸੀਡੈਂਟ ਦਾ ਮਗਰੋਂ ਹੀ ਆਈ ਆ ਗੱਡੀ ਖੰਭੇ 'ਚ ਵੱਜ ਗਏ ਅਤੇ ਫਿਰ ਇਹਨੂੰ ਇਹਦਾ ਇਹਨਾਂ ਦਾ ਫਿਲਟਰ ਨੇ ਵਿਗੜ ਗਿਆ ਗੱਡੀ ਉੱਧਰੋਂ ਆ ਰਹੀ ਹੈ ਪਰੇ ਇੰਡੀਆ ਇੰਡੀਆ ਗੇਟ ਦਾ ਟਾਰੀ ਵੱਲੋਂ ਕਿੰਨੇ ਜਾਣੇ ਵਿੱਚ ਬੈਠੇ ਕੋਈ ਜਾਲੀ ਮਾਲੀ ਨੁਕਸਾਨ ਦੱਸ ਦੇ ਇਕੱਲਾ ਹੀ ਮੁੰਡਾ ਜੀ ਇੱਕੋ ਹੀ ਕੀ ਨੁਕਸਾਨ ਹੋਇਆ ਜੀ ਜਾਨੀ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਕਿੰਨਾ ਕੁ ਟਾਈਮ ਹੋ ਗਿਆ ਅੱਧਾ ਅੱਧਾ ਘੰਟਾ ਦੱਸ ਦਿਓ ਤੂੰ ਪੁਲਿਸ ਆਉਣਾ ਜੀ ਮੌਕੇ 'ਤੇ ਪੁਲਿਸ ਆਉਣਾ ਜੀ ਆਈ ਹੋਣੇ ਵੀਰੇ ਨਾਮ ਕੀ ਪ੍ਰਤਾਪ ਕੀ ਹੋਇਆ ਐਕਸੀਡੈਂਟ ਦੱਸਦੇ ਪਿਓ ਉੱਥੋਂ ਗੱਡੀ ਵੱਜ ਕੇ ਅਤੇ ਐਂ ਚੜ੍ਹ ਕੇ ਆ ਗਈ ਐਂ ਸਿੱਧੀ ਆਉਣ ਲੱਗੀ ਅਤੇ ਜੇ ਇੱਥੇ ਨਾ ਵੱਜ ਕੇ ਡੱਕੀ ਜਾਂਦੀ ਤਾਂ ਘਰਾਂ ਜਾ ਵੜਨੀ ਸੀ ਕਿੱਧਰੋਂ ਆ ਰਹੀ ਇੱਧਰੋਂ ਟਾਰੀ ਵੱਲੋਂ
100 ਤੇ ਦੱਸਦੇ ਜੀ। ਕਿੰਨੇ ਬੰਦੇ ਦੱਸਿਆ? ਕੱਲਾ ਹੀ ਮੁੰਡਾ ਵਿੱਚ ਸੱਟਾਂ ਲੱਗੀਆਂ ਉਧਰੋਂ ਆਇਆ ਨੂੰ ਟਾਲੀ ਕਿਉਂ ਨਹੀਂ ਆ ਰਹੀ? ਇਹ ਕਿਤੇ ਮੁੰਡਾ ਯੂਨੀਵਰਸਿਟੀ ਦਾ, ਇਹ ਇੱਧਰ ਪਤਾ ਨਹੀਂ ਕਿੱਧਰ ਗਿਆ ਸੀ, ਉੱਥੋਂ ਵਾਪਸ ਆਉਣ ਡਿਆ ਸੀ। ਨੁਕਸਾਨ ਕਿੰਨਾ ਕੁ ਹੋਇਆ? ਨੁਕਸਾਨ ਤਾਂ ਵੇਖ ਲਓ ਤੁਹਾਡੇ ਸਾਹਮਣੇ ਆ, ਤਿੰਨ ਟਾਇਰ ਉਹਦੇ ਟੁੱਟ ਗਏ, ਤਿੰਨੇ ਮਗਰਲਾ ਡੈਮੇਜ ਹੋ ਗਿਆ, ਉੱਥੇ ਲੈ ਗਏ ਟਾਇਰ 'ਤੇ ਜੇ ਰੋਡ ਤੋਂ ਜਾਣ ਵਾਲੀ ਗੱਡੀ। ਹਾਂ ਪਰਲੇ ਬੰਨਿਓ ਨਹੀਂ। ਇਹ ਜੀ ਸਤਨਾਮ ਸਿੰਘ ਨਾਂ ਦਾ ਇੱਕ ਆਦਮੀ ਹੈ, ਉੱਧਰੋਂ ਇੰਡੀਆ ਗੇਟ ਤੋਂ ਮਾਲਾ ਵਾਲੀ ਸਾਈਡ ਨੂੰ ਆ ਰਿਹਾ ਸੀ। ਉਹ ਕਿਤੇ ਗੱਡੀ ਇਹਨਾਂ ਦੀ ਅੱਗੋਂ ਕੁੱਤਾ ਲੰਘਿਆ ਜਾਂ ਕੋਈ ਐਕਟਿਵਲ ਦੱਸਿਆ ਜੀ, ਉਹਨਾਂ ਦੇ ਕਹਿਣ ਮੁਤਾਬਕ ਓਵਰ ਕੰਟਰੋਲ ਹੋ ਗਈ, ਓਵਰ ਕੰਟਰੋਲ ਹੋ ਕੇ ਖੰਭੇ 'ਚ ਵੱਜ ਗਏ ਅਤੇ ਦੂਸਰੀ ਸਾਈਡ ਜਾ ਡਿੱਗੀ। ਪਰ ਜਾਨੀ ਮਾਨੀ ਕੋਈ ਨੁਕਸਾਨ ਨਹੀਂ ਹੋਇਆ, ਬਹੁਤ ਬਚਾਅ ਹੋ ਗਿਆ। ਗੱਡੀ ਕਿਹੜੀ? ਗੱਡੀ ਵਰਨਾ ਗੱਡੀ ਹੈ ਜੀ। ਕੰਡੀਸ਼ਨ ਕਿਸ ਤਰ੍ਹਾਂ ਦੀ ਗੱਡੀ ਦੀ ਹੋਣੀ? ਗੱਡੀ ਦੀ ਕੰਡੀਸ਼ਨ ਇਹ ਹੈ ਜੀ, ਗੱਡੀ ਦੇ ਜਿਹੜੇ ਟਾਇਰ ਵੀ ਉਹ ਜਿਹੜੇ ਆ ਗੱਡੀ ਨਾਲੋਂ ਲੱਥ ਗਏ, ਚਾਰੇ ਟਾਇਰ ਲੱਥ ਗਏ। ਗੱਡੀ ਬਹੁਤ ਜ਼ਿਆਦਾ ਤੇਜ਼ ਹੋ ਗਈ, ਕੰਟਰੋਲ ਤੋਂ ਬਾਹਰ ਹੋ ਗਈ। ਇਹ ਹੋਲੀ ਸਿਟੀ ਦਾ ਰਹਿਣ ਵਾਲਾ ਜੀ। ਨਹੀਂ ਜਾਨੀ ਮਾਲੀ ਨੁਕਸਾਨ ਕੋਈ ਨਹੀਂ, ਪਰ ਗੱਡੀ ਜਿਹੜੀ ਆ ਜ਼ਿਆਦਾ ਡੈਮੇਜ ਹੋ ਗਈ। ਮਤਲਬ ਗੱਡੀ ਜਿਹੜੀ ਆ ਬ੍ਰੇਕ ਲਾਉਂਦੀ ਵੀ ਇਹ ਹੋ ਸਕਦਾ ਇਹਨਾਂ ਕੋਈ ਰੇਸ ਦੱਬੀ ਗਈ ਜਾਂ ਕੀ ਹੋਇਆ, ਗੱਡੀ ਕੰਟਰੋਲ ਤੋਂ ਬਾਹਰ ਹੋ ਗਈ। ਅਸੀਂ ਇਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਲੋਕਾਂ ਨੂੰ, ਸਾਰਿਆਂ ਨੂੰ, ਵੀ ਇਹ ਹਾਈਵੇ 'ਤੇ ਇੱਕ ਘੱਟ ਗਲਿਆਈ ਆ ਇੱਥੋਂ ਜਿੱਥੇ ਐਕਸੀਡੈਂਟ ਹੋਇਆ, ਇੱਥੋਂ ਹੌਲੀ ਆਉਣਾ ਚਾਹੀਦਾ। ਆਪਣੀ ਜਿਹੜੀ ਆ ਸਪੀਡ ਵੀ ਮੈਂ ਹਾਈਵੇ ਵਾਲਿਆਂ ਨੂੰ ਵੀ ਇੰਸਟ੍ਰਕਸ਼ਨ ਦਿੰਦਾ ਵੀ ਇੱਥੇ ਸਪੀਡ ਲਿਮਿਟ ਲਿਖਣੀ ਚਾਹੀਦੀ ਆ, 50-60 ਦੀ ਸਪੀਡ ਤੋਂ ਜਿਹੜਾ ਉੱਤੇ ਗੱਡੀ ਚਲਾਉਂਦਾ ਉਹਦਾ ਵੀ ਚਲਾਨ ਹੋਣਾ ਚਾਹੀਦਾ। ਮੈਂ ਸਾਰਿਆਂ ਨੂੰ ਲੋਕਾਂ ਨੂੰ ਅਪੀਲ ਵੀ ਕਰਨਾ ਸ਼ਹਿਰ ਅੰਮ੍ਰਿਤਸਰ ਵਾਸੀਆਂ ਨੂੰ ਵੀ 50-60 ਦੀ ਸਪੀਡ ਤੋਂ ਉੱਤੇ ਇਹ ਮੋੜ 'ਤੇ ਰੋਡ 'ਤੇ ਗੱਡੀ ਨਾ ਚਲਾਓ ਅਤੇ ਆਪਣੀ ਜਾਨ ਮਾਲੀ ਦਾ ਰਾਖੀ ਰੱਖੋ। ਬਿਲਕੁਲ ਜੀ, ਜੇ ਉੱਧਰ ਸਾਹਮਣੇ ਕੋਈ ਗੱਡੀ ਆਉਂਦੀ ਹੁੰਦੀ ਤਾਂ ਇਹ ਗੱਡੀ ਦਾ ਅਤੇ ਜਾਂ ਅਗਲੇ ਦਾ ਵੀ ਨੁਕਸਾਨ ਕਰ ਦੇਣਾ ਸੀ, ਆਪਣਾ ਤਾਂ ਚਲੋ ਇਹਨਾਂ ਦਾ ਹੋ ਹੀ ਗਿਆ ਸੀ। ਹਾਂ ਠੀਕ ਹੈ, ਬਿਲਕੁਲ ਸੱਟ ਕੋਈ ਨਹੀਂ, ਗੱਡੀ ਬਿਲਾ ਇਹ ਦੱਸਿਆ ਨਹੀਂ ਇਹਨਾਂ ਸਟੱਡੀ ਕਰਦਾ ਕਿੱਥੇ, ਪਰ ਹਾਲਾਤ ਠੀਕ ਹੈ ਜੀ। ਪਰਿਵਾਰਾਂ ਨੂੰ ਪਤਾ ਲੱਗ ਗਿਆ? ਹਾਂ, ਪਰਿਵਾਰ ਉਹਦਾ ਆ ਗਿਆ ਸੀ, ਉਹਨੂੰ ਨਾਲ ਲੈ ਗਏ ਅਤੇ ਮਾੜਾ ਮੋਟਾ ਕੋਈ ਹੋਊਗੀ ਅਤੇ ਮਲ ਪੱਟੀ ਕਰਾ ਲਈ ਉਹਨਾਂ ਨੇ। ਠੀਕ ਹੈ, ਬਿਲਕੁਲ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ।